ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿਹੜਾ ਪਿੰਡ ਆ ਜੀ ਆਪਣਾ? ਅਖਾੜਾ। ਅਖਾੜਾ, ਅਤੇ ਕੀ ਪ੍ਰੋਬਲਮ ਸੀ? ਵਿੱਚ ਮੈਨੂੰ ਸਕਿਨ ਦੀ ਪ੍ਰੋਬਲਮ ਸੀਗੀ। ਸਕਿਨ ਦੀ ਪ੍ਰੋਬਲਮ ਸੀ, ਹੋਰ ਜੀ? ਸਕਿਨ ਦੀ ਪ੍ਰੋਬਲਮ ਸੀ, ਮੂੰਹ ਦੇ ਵਿੱਚ ਛਾਲੇ ਸੀਗੇ। ਹਾਂਜੀ, ਤਾਂ ਕੁਛ ਵੀ ਨਹੀਂ ਸੀ ਕਰਤਾ ਜਾਂਦਾ ਸੀਗਾ। ਠੀਕ ਆ ਜੀ। ਅਤੇ ਸੰਨ 17 ਤੋਂ ਲੈ ਕੇ ਹੁਣ ਤੱਕ ਮੈਂ DMC 'ਚ ਐਡਮਿਟ ਹੁੰਦੀ ਸੀਗੀ, ਅਤੇ ਐਡਮਿਟ ਉੱਥੇ ਮੈਨੂੰ ਮਹੀਨੇ ਪਿੱਛੇ ਐਡਮਿਟ ਹੁੰਦੀ ਸੀ, 30,000 ਰੁਪਇਆ ਲੱਗਦਾ ਸੀ ਮਹੀਨੇ ਦਾ ਜੀ। ਹਾਂਜੀ। ਅਤੇ ਤੁਹਾਨੂੰ ਫਿਰ ਇਹ ਰੈਨਾਟੋਸ ਨੋਵਾ ਜਿਹੜਾ ਪ੍ਰੋਡਕਟ ਆ, ਫੂਡ ਸਪਲੀਮੈਂਟ, ਇਹ ਕਿੰਨਾ ਨੇ ਤੁਹਾਨੂੰ ਫਿਰ ਪ੍ਰਮੋਟ ਕਰਾਇਆ ਜੀ? ਵਿਜੀ ਮਨਪ੍ਰੀਤ ਵਿੱਚ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਆਪਣਾ? ਮਨਪ੍ਰੀਤ ਸਿੰਘ ਜੀ। ਹਾਂਜੀ, ਪਿੰਡ ਜੀ? ਪਿੰਡ ਲੰਮਾ ਜੀ। ਪਿੰਡ ਲੰਮੇ। ਹਾਂਜੀ, ਮੈਂ ਇਹਨਾਂ ਨੂੰ, ਭੈਣ ਜੀ ਉਹਨਾਂ ਨੂੰ ਰੈਨਾਟੋਸ ਨੋਵਾ ਦਿੱਤਾ ਸੀ ਜੀ। ਹਾਂਜੀ, ਫੂਡ ਸਪਲੀਮੈਂਟ, ਅਤੇ ਪਹਿਲਾਂ ਬਹੁਤ ਪ੍ਰੋਬਲਮ ਸੀ ਜ਼ਿਆਦਾ ਇਹਨਾਂ ਨੂੰ, ਅਤੇ ਹੁਣ ਇਹ ਬਿਲਕੁਲ ਠੀਕ ਹੋ ਚੁੱਕੀ ਹੈ ਜੀ। ਅੱਛਾ, ਕੀ ਪ੍ਰੋਬਲਮ ਸੀ ਵੀਰ ਜੀ? ਇਹਨਾਂ ਨੂੰ ਸਕਿਨ ਦੀ ਪ੍ਰੋਬਲਮ ਸੀ ਜੀ, ਇਹਨਾਂ ਦੇ ਛਾਲੇ ਰਹਿੰਦੇ ਸੀ ਗਲੇ ਦੇ ਅੰਦਰ ਵੀ। ਹਾਂਜੀ, ਕੁਛ ਖਾ ਪੀ ਨਹੀਂ ਸੀ ਹੁੰਦੇ ਇਹਨਾਂ ਤੋਂ, ਬਾਕੀ ਤੁਸੀਂ ਇਹਨਾਂ ਦੀ ਜਵਾਨੀ ਸੁਣੋ ਜੀ। ਹਾਂਜੀ ਭਾਈ, ਛਾਲੇ ਅੰਦਰ ਜ਼ਖਮ ਹੋ ਜਾਂਦੇ ਸੀ ਆਪਣੇ? ਹਾਂਜੀ ਹਾਂਜੀ ਬੱਚੇ, ਗਲ ਦੇ ਵਿੱਚ, ਮੂੰਹ ਦੇ ਵਿੱਚ ਅਤੇ ਆਲੇ ਦੁਆਲੇ ਵੀ ਸਾਰੇ ਹੋ ਜਾਂਦੇ ਸੀ। ਸਾਰੇ ਹੋ ਜਾਂਦੇ ਜੀ। ਤਾਂ ਆਏ ਮਹੀਨੇ ਤੁਹਾਨੂੰ ਦਾਖਲ ਹੋਣਾ ਪੈਂਦਾ ਜੀ, ਹੈ ਨਾ? DMC 'ਚ। DMC 'ਚ। ਅਤੇ ਕਿੰਨੇ ਖਰਚਾ ਆ ਜਾਂਦਾ ਸੀ ਤੁਹਾਨੂੰ? 30,000 ਰੁਪਇਆ। 30,000 ਮੰਥਲੀ। ਹਾਂਜੀ। ਅਤੇ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਫੂਡ ਸਪਲੀਮੈਂਟ ਯੂਜ਼ ਕਰਦੇ ਆ ਜੀ? ਵਿੱਚ ਮੈਨੂੰ 13 ਤਰੀਕ ਨੂੰ 2 ਮਹੀਨੇ ਹੋ ਸਕਦੇ। 13 ਤਰੀਕ ਨੂੰ 2 ਮਹੀਨੇ ਹੋ ਗਏ। ਹਾਂਜੀ। ਅਤੇ ਹੁਣ ਤੁਸੀਂ ਕਿੰਨਾ ਕੁ ਫੀਲ ਕਰਦੇ ਹੋ, ਕਿੰਨਾ ਕੁ ਰਿਲੈਕਸ ਫੀਲ ਹੋ ਗਿਆ ਤੁਹਾਨੂੰ? ਵਿੱਚ ਮੈਨੂੰ ਬਹੁਤ ਅੱਛਾ ਲੱਗਦਾ। 100 'ਚੋਂ ਕਿੰਨੇ ਪਰਸੈਂਟ ਜੀ? ਵਿੱਚ 80 ਤੋਂ। 80 ਹੋ ਗਿਆ ਜੀ। ਹਾਂਜੀ। ਅਤੇ ਅੱਗੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੀ? ਵਿੱਚ ਮੈਂ ਤਾਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਸਾਰੇ ਦਵਾਈਆਂ ਹਸਪਤਾਲ ਛੱਡਣ ਅਤੇ ਛੱਡ ਕੇ ਇਹ ਮਤਲਬ ਇੰਪਰੂਵ ਸ਼ੁਰੂ ਕਰਨ, ਅਤੇ ਇਹਦੇ ਤੋਂ ਹੀ ਠੀਕ ਹੋਊਗੀ। ਜਿਸ ਤਰ੍ਹਾਂ ਮੈਂ ਠੀਕ ਹੋਈ ਹਾਂ, ਹਸਪਤਾਲ 'ਚ ਧੱਕੇ ਖਾ ਖਾ ਕੇ ਮੈਨੂੰ ਕਿਤੋਂ ਕੋਈ ਫਰਕ ਨਹੀਂ ਸੀ ਪੈਂਦਾ, 1,000 ਰੁਪਇਆ ਖਰਾਬ ਕੀਤਾ, ਮੈਂ 17 ਲੱਖ ਰੁਪਇਆ ਖਰਾਬ ਕੀਤਾ, ਅਤੇ ਮਤਲਬ ਹਾਂਜੀ ਮੈਨੂੰ ਹੁਣ 1,500 ਰੁਪਇਆ ਲਾਉਣਾ ਮੈਨੂੰ ਬਹੁਤ ਸੌਖਾ ਵਾ, ਅਤੇ ਮੈਂ ਠੀਕ ਹਾਂ, ਅਤੇ ਸਾਰਿਆਂ ਨੂੰ ਇਹੀ ਸਲਾਹ ਦੇਣੀ ਚਾਹੁੰਦੀ ਹਾਂ, ਅਤੇ ਸਾਰੇ ਇਹ ਚੂਜ਼ ਕਰ। ਤਾਂ ਫਿਰ ਇਹ ਰੱਬ ਬਣ ਕੇ ਹੀ ਤੁਹਾਡੇ ਕੋਲ ਆ ਗਿਆ ਜੀ? ਹਾਂਜੀ ਹਾਂਜੀ। ਅੱਛਾ ਜੀ, ਅੱਗੇ ਮਨਪ੍ਰੀਤ ਜੀ, ਤੁਸੀਂ ਕਿਵੇਂ ਇਹਦੇ 'ਚ ਆਏ ਰੈਨਾਟੋਸ ਨੋਵਾ 'ਚ? ਮੇਰਾ ਇੱਕ ਫਰੈਂਡ ਆ ਜੀ, ਮੈਂ ਰੋਡਵੇਜ 'ਚ ਕੰਮ ਕਰਦਾ। ਹਾਂਜੀ। ਅਤੇ ਮੇਰਾ ਇੱਕ ਫਰੈਂਡ ਆ, ਉਹਨੇ ਮੈਨੂੰ ਇਹਦੇ ਬਾਰੇ ਦੱਸਿਆ ਜੀ, ਪਹਿਲਾਂ ਤਾਂ ਮੈਂ ਵਿਸ਼ਵਾਸ ਨਹੀਂ ਕੀਤਾ ਜੀ। ਜੀ। ਫਿਰ ਇਹਨੂੰ ਆਪਣੇ ਘਰ ਆਪਣੇ 'ਤੇ ਯੂਜ਼ ਕੀਤਾ ਜੀ, ਜਦੋਂ ਰਿਜ਼ਲਟ ਬਹੁਤ ਵਧੀਆ ਏ, ਫਿਰ ਮੈਂ ਸੋਚਿਆ ਨਾਲੇ ਪੁੰਨ ਨਾਲੇ ਫਲੀਆਂ ਯਾਰ ਵੀ ਕਿਉਂ ਨਾ ਕੰਮ ਹੀ ਕੀਤਾ ਜਾਵੇ। ਹਾਂਜੀ। ਅਤੇ ਉਸ ਦਿਨ ਤੋਂ ਕੰਮ ਕਰ ਰਹੇ ਜੀ, ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਜੀ। ਥੈਂਕ ਯੂ ਰੈਨਾਟਰ ਜੀ। ਹਾਂਜੀ ਭੈਣ ਜੀ, ਤੁਸੀਂ ਕੁਛ ਹੋਰ ਦੱਸਣਾ ਚਾਹੋਗੇ ਆਪਦੀ ਫੀਲਿੰਗ ਵੀ, ਹੁਣ ਮੈਂ ਕਿੰਨਾ ਕੁ ਰਿਲੈਕਸ ਫੀਲ ਕਰ ਰਹੀ ਹਾਂ, ਵੀ ਅੱਗੇ ਦੱਸ ਕੇ ਮੈਂ ਲੋਕਾਂ ਨੂੰ ਇਹ ਐਲੋਪੈਥੀ ਤੋਂ ਬਚਾ ਸਕਦੀ ਹਾਂ? ਹਾਂਜੀ ਵੀਰ ਜੀ, ਮੈਂ ਬਹੁਤ ਵਧੀਆ ਫੀਲ ਕਰ ਰਹੀ ਹਾਂ, ਅਤੇ ਵੀਰ ਜੀ ਮੇਰੀ ਮਤਲਬ DMC 'ਚ ਦਵਾਈਆਂ ਖਾਣ ਦੇ ਨਾਲ, ਅਤੇ ਨਾਲ ਅੱਖਾਂ ਵਿੱਚ ਚਿੱਟਾ ਮੋਤੀ ਆ ਗਿਆ ਸੀਗਾ, ਉਹਦੇ ਵੱਲੋਂ ਵੀ ਠੀਕ ਆ, ਪੂਰੀ ਬੋਡੀ ਵੀ ਮੇਰੀ ਬਹੁਤ ਜ਼ਿਆਦਾ ਹੋ ਗਈ ਸੀਗੀ, ਜਾਣੀ ਕਿ ਬਹੁਤ ਮੋਟਾਪਾ ਹੋ ਗਿਆ ਸੀਗਾ, ਉਹਦੇ ਵੱਲੋਂ ਵੀ ਠੀਕ ਆ, ਅਤੇ ਡਾਕਟਰ ਨੇ ਇਹ ਵੀ ਮੈਨੂੰ ਕਿਹਾ ਸੀ ਕਿ ਜਿਹੜੀਆਂ ਮਤਲਬ ਹੱਡੀਆਂ ਵੀ ਤੇਰੀਆਂ ਭੁਰਨ ਲੱਗ ਜਾਂਦੀਆਂ, ਅਤੇ ਮਤਲਬ ਕੈਲਸ਼ੀਅਮ ਵੀ ਪੂਰੀ ਜਿੰਨੇ ਤੱਕ ਤੇਰੀ ਇਹ ਸਭ ਖਾਣੀਆਂ ਪੈਂਦੀਆਂ, ਪਰ ਵਿੱਚ ਮੈਨੂੰ ਹੁਣ ਕੋਈ ਗੋਡਿਆਂ ਦੀ ਗਿੱਟਿਆਂ ਮੈਨੂੰ ਕੋਈ ਪ੍ਰੋਬਲਮ ਨਹੀਂ, ਬਿਲਕੁਲ ਠੀਕ ਆ, ਅਤੇ ਮੈਂ ਸਭ ਨੂੰ ਇਹ ਸਲਾਹ ਦੇਣੀ ਚਾਹੁੰਦੀ ਹਾਂ ਕਿ ਸਾਰੇ ਜਾਣੇ ਮਤਲਬ ਅੰਗਰੇਜ਼ੀ ਦਵਾਈਆਂ ਛੱਡ ਕੇ ਇਹ ਦਵਾਈਆਂ ਮਤਲਬ ਫਰੂਟ ਸਪਲੀਮੈਂਟ ਇਹ ਯੂਜ਼ ਕਰੋ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ।